ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕਾਜੀਕੋਟ ਤਹਿਸੀਲ ਅਤੇ ਜ਼ਿਲ੍ਹਾ ਤਰਨ ਤਾਰਨ ਸ਼ਹਿਰ ਦੇ ਵਿੱਚ ਹੀ, ਜਿਹੜਾ ਲਗਭਗ ਵੀਰ ਜੀ ਹੋਣਾਂ ਦਾ ਜਿਹੜਾ ਵਾਅਦਾ ਆ ਜਾਂਦਾ ਵਾ, ਸ਼ਹਿਰ ਬਿਲਕੁਲ ਨਾਲ ਹੀ ਆ ਇੱਥੋਂ 1 ਕਿਲੋਮੀਟਰ 'ਤੇ ਜਿਹੜਾ ਤਰਨ ਤਾਰਨ ਸ਼ਹਿਰ ਆ, ਅਤੇ ਬਲਰਾਜ ਸਿੰਘ ਹੋਣਾਂ ਕੋਲ ਆਪਾਂ ਆਏ ਹਾਂ ਕੰਗ ਡੇਅਰੀ ਫਾਰਮ 'ਤੇ। ਅੱਜ ਮੱਝਾਂ ਦੇ ਵੀਰ ਜੀ ਹੋਣਾਂ ਕੋਲ ਕਾਫੀ ਆ ਜਿਹੜੀਆਂ ਵਿਕਾਊ ਵਾਸਤੇ ਕੁਛ ਮਾਲ, ਅੱਜ ਹੀ ਜਿਹੜਾ ਇੱਧਰਲਾ ਸਾਰਾ ਬੱਝਾ ਵਾ, ਇਹ ਵੀ ਸਾਰੀਆਂ ਮੱਝਾਂ ਵਿਕਾਊ ਹੈ, ਕੁਛ ਅੱਜ ਹੀ ਆਈਆਂ ਵਾ, ਅਤੇ ਅੱਜ ਕੁਛ ਗਾਵਾਂ ਵੀ ਤੁਹਾਨੂੰ ਜਿਹੜੀਆਂ ਸੂਈਆਂ ਸਵਾਈਆਂ ਕੁਛ ਤੁਹਾਨੂੰ ਦਿਖਾਵਾਂਗੇ, ਜਿਹਨਾਂ ਕੋਲ ਦੁੱਧ ਜਿਹੜਾ ਚੰਗਾ ਤਿਆਰ ਆ। ਅਤੇ ਗੱਲਬਾਤ ਆਪਾਂ ਵੀਰ ਜੀ ਹੋਣਾਂ ਨਾਲ ਕਰਦੇ ਹਾਂ, ਪੁੱਛਦੇ ਹਾਂ ਸਾਰੀ ਡਿਟੇਲ ਵੀ ਕਿਹੜੀ ਵਿਕਾਊ ਆ, ਕੁਛ ਵੀਰ ਜੀ ਹੋਣਾਂ ਦੇ ਘਰ ਦੀਆਂ ਵਾ, ਕੁਛ ਸੂਣ ਵਾਲੀਆਂ ਵਾ, ਸਾਰੀ ਡਿਟੇਲ ਆਪਾਂ ਵੀਰ ਜੀ ਹੋਣਾਂ ਤੋਂ, ਬਲਰਾਜ ਸਿੰਘ ਜੀ ਹੋਣਾਂ ਤੋਂ ਪੁੱਛਦੇ ਹਾਂ। ਅਤੇ ਵੀਡੀਓ ਪੂਰੀ ਜ਼ਰੂਰ ਵੇਖਿਓ, ਇਸ ਘਰ ਦੇ ਵਿੱਚ ਤੁਹਾਨੂੰ ਅੱਗੇ ਵੀ ਜਿਹੜੇ ਚੰਗੀ ਕੁਆਲਿਟੀ ਦੇ ਪਸ਼ੂ ਜਿਹੜੇ ਦਿਖਾਈ ਦੇ, ਜਿਹੜੇ ਵੀਰ ਸ਼ੌਂਕ ਰੱਖਦੇ ਆ ਚੰਗਾ ਪਸ਼ੂ ਘਰ ਰੱਖਣ ਵਾਸਤੇ, ਉਹਨਾਂ ਵੀਰਾਂ ਵਾਸਤੇ ਖਾਸ ਤੌਰ 'ਤੇ ਆਪਾਂ ਵੀਡੀਓ ਜਿਹੜੀ ਇਸ ਘਰ ਦੇ ਵਿੱਚ ਬਣਾਈ ਦੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਜੀ? ਹਾਂ ਠੀਕ ਠਾਕ, ਵਧੀਆ। ਚਲੋ ਵਧੀਆ ਚਾਹੀਦਾ ਜੀ। ਅੱਜ ਤੁਹਾਨੂੰ ਬੁਲਾ ਹੀ ਲਿਆ, ਲੱਗ ਗਿਆ ਜੀ, ਲਾਗੋਂ ਘੇਰ ਲਿਆ ਜੀ ਹਰ ਕੀ ਸਾਨੂੰ। ਆਹ ਮੈਂ ਆਏ ਜਦੋਂ ਬਣਾ ਲਓ, ਤਾਂ ਮੱਝਾਂ ਤਿਆਰ ਹੋਣ ਵਾਲੀਆਂ ਤੇਰੇ ਸਾਹਮਣੇ। ਆਹ ਮੱਝਾਂ ਅੱਜ ਹੀ ਆਈਆਂ, ਮਤਲਬ 4 ਮੱਝਾਂ ਤੇ ਅੱਜ ਆਈਆਂ। 4 ਮੱਝਾਂ ਅੱਜ ਆਈਆਂ, ਹਨਾ, ਤਿਆਰ ਜੇ ਹੋਣਗੀਆਂ। ਠੀਕ ਆ। ਹਾਂ ਤੇ ਤੁਸੀਂ ਲਾ ਕੇ ਆਏ ਤੇ ਆਂਦੇ ਬਣਾਉਣੀ, ਮੈਂ ਬਣਾ ਲਓ ਭਰਾ। ਚਲੋ ਜਿੰਨੀਆਂ 1-2 ਜਿੰਨੀਆਂ ਵੀ ਹੋ ਗਿਆ, ਹਾਂਜੀ, ਚਲੋ ਪਾ ਲਈ। ਨਾਲੇ ਵੀਰਾਂ ਦੇ ਫੋਨ ਬੜੇ ਆਉਂਦੇ ਰਹਿੰਦੇ, ਬਹੁਤ ਜ਼ਿਆਦਾ ਜੀ, ਵੀਡੀਓ ਮੰਗਦੇ ਵੀ ਪਾ ਦਿਓ। ਕੀ ਹੁਣ ਵੀਡੀਓ ਕਦੋਂ ਆਉਣੀ? ਜੀ ਵੇਖ ਲੈਣਗੇ ਆਪੇ, ਤਿਆਰ ਕਰਕੇ ਦੇ ਦਾਂਗੇ ਨਾ। ਠੀਕ ਠੀਕ, ਮਤਲਬ ਜੇ ਕੋਈ ਗੱਲਬਾਤ ਕਰੂਗਾ, ਹਾਂਜੀ, ਬਿਆਨ ਨਾ ਕਰ ਦੂ, ਜੋ ਕਹਾਂਗੇ ਉਹਨੇ ਦਿਨਾਂ ਨੂੰ ਦੇ ਦੇ ਤਿਆਰ। ਹਾਂਜੀ ਹਾਂਜੀ, ਕਿਉਂਕਿ ਮਾਲ ਜਿਹੜਾ ਕੁਛ ਅੱਜ ਹੀ ਲੱਥਾ, ਅੱਜ ਹੀ ਆਇਆ ਵਾ, 2 ਦਿਨ ਦੇ ਬਿਲਕੁਲ ਖਾਂਦਾ ਪੀਂਦਾ ਨਹੀਂ ਕੋਈ ਤੇ ਮਾਲ। ਹਾਂਜੀ ਹਾਂਜੀ ਹਾਂਜੀ, ਤੇ ਚਲੋ ਨਾਮ ਦੱਸ ਦੇ ਕਰੀ। ਨਾਮ ਬਲਰਾਜ ਸਿੰਘ ਹੈ ਜੀ। ਹਾਂਜੀ, ਤੇ ਕਾਜੀਕੋਟ ਦੇ ਬੈਕ ਸਾਈਡ ਆ। ਠੀਕ ਆ, ਹਾਂ, ਬਾਈਪਾਸ ਤੇ, ਤੇ ਬਿਲਕੁਲ ਸ਼ਹਿਰ ਦੇ ਨਾਲ ਹੀ ਆ। ਸ਼ਹਿਰ ਦੇ ਨਾਲ ਹੀ, ਤਰਨ ਤਾਰਨ ਸ਼ਹਿਰ ਦੇ ਨਾਲ। ਹਾਂਜੀ ਠੀਕ ਆ, ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ। 83-60-32-63। ਠੀਕ ਆ, ਹਾਂਜੀ, ਤੇ ਉਦਣ ਵਾਲਾ ਵਿਕ ਗਿਆ ਫਿਰ ਮਾਲ? ਹਾਂਜੀ, ਉਹ ਮਿੰਟੋ ਮਿੰਟ ਹੀ ਦੇ। ਕਿੰਨੇ ਕੁ ਫੋਨ ਫਾਨ? ਬਹੁਤ ਜ਼ਿਆਦਾ, ਉਹੋ ਜੀ ਝੋਟੀ ਲੱਭ ਜਿਹੜੀ 17 ਕਿਲੋ ਵਾਲੀ। ਅੱਛਾ, ਤੇ ਇੱਕ 95,000 ਵਾਲੀ। ਅੱਛਾ, ਉਹੋ ਜੀ ਲੱਭ ਦੋ, 95,000 ਵਾਲੀ ਲੱਭ ਦੋ। 95 ਵਾਲੇ ਫਿਰ ਪਾਵਾਂਗੇ ਜ਼ਰੂਰ। 1.5 ਲੱਖ ਵਾਲੀ ਝੋਟੀ ਤੇ ਬਹੁਤ ਜ਼ਿਆਦਾ। ਅੱਛਾ, ਹਾਂ, ਬਹੁਤ ਜ਼ਿਆਦਾ ਨਫਾ ਦਿੰਦੇ ਜਿੰਨਾ ਖੜੀ। ਅੱਛਾ, ਇੰਨਾ ਫਾਇਦੇ ਸਾਨੂੰ ਕਰ। ਠੀਕ ਆ, ਹਾਂਜੀ, ਕੋਈ ਨਹੀਂ, ਅਗਲੀ ਵੀਡੀਓ 'ਚ ਫਿਰ ਜ਼ਰੂਰ ਉਹੋ ਜਿਹੀਆਂ ਪਾਵਾਂਗੇ। ਹਾਂਜੀ, ਤੇ ਅੱਜ ਕਿਹੋ ਜਿਹਾ ਮਾਲ ਫਿਰ ਆਪਣੇ ਕੋਲ, ਕਿਹੜੀ ਕਿਹੜੀ ਹੁਣ ਵਿਖਾਉਣੀ ਆਪਾਂ? ਆਪਣੇ ਕੋਲ ਬਹੁਤ ਵਧੀਆ ਅੱਜ ਜੀ। ਅੱਛਾ, ਇੱਕ ਦੇ ਕਾਹ ਝੋਟੀ ਹੈ ਜੀ। ਅੱਛਾ, ਕਾਹ ਝੋਟੀ ਵਿਖਾਉਣੀ ਆ। ਠੀਕ ਆ, ਪਹਿਲਾਂ ਨੇ ਆ ਜੀ। ਅੱਛਾ, ਪਹਿਲਾਂ ਹੀ ਸੂਆ ਇਹਦਾ? ਪਹਿਲਾਂ ਸੂਆ ਜੀ। ਹਾਂ, ਦੇ ਸਕਦੇ ਸੂਆ ਪਹਿਲਾਂ ਹੀ ਆ। ਤੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ 7 ਦਿਨ ਹੋ ਗਏ ਜੀ। 7 ਦਿਨ ਹੋ ਗਏ ਆ। ਹਾਂਜੀ, ਤੇ ਦੁੱਧ ਕਿੰਨਾ ਤਿਆਰ ਹੈ? ਦੁੱਧ 21 ਕਿਲੋ ਕੰਡੇ ਚਾੜਦੀ ਆ। ਤਿਆਰ ਜੀ, ਸੁਣ ਲਓ ਵੀ। ਅੱਛਾ, ਝੂੜਵਾ ਇੱਕ 4 ਦਿਨ ਕੋਈ ਚੋਲੇ। ਅੱਛਾ, ਹਾਂਜੀ, ਤੇ ਪੂਰਾ ਖੁੱਲੀ ਚਵਾਈ ਕਰ ਲੇਗੇ, ਮਤਲਬ ਜੇ ਤੁਸੀਂ ਨਹੀਂ, ਮੇਰੇ ਹਿਸਾਬ ਨਾਲ 24 ਕਿਲੋ ਤੋਂ ਵੱਧ ਜਾਣਾ ਦੁੱਧ। ਅੱਛਾ, ਮੈਲਾ ਮੂਲਾ ਮਾਰ ਕੇ, ਤੇ ਪੀਕ ਤੇ ਕਿੰਨਾ ਕੁ ਜਾ ਸਕਦੀ ਆ? ਜਾ ਸਕਦੀ, ਜੋ ਮੈਲਾ ਮਾਰਿਆ ਨੇ ਵਧਣਾ ਮਤਲਬ 24 ਤੋਂ ਬਾਅਦ ਸਾਡੀ ਘੜੇ 24 ਪਲੱਸ ਹੋ ਸਕਦੀ, 24 ਪਲੱਸ 24 25 ਤੱਕ ਜਿਹੜਾ ਇਹ ਜਾ ਸਕਦੀ। ਬਾਕੀ ਚਵਾ ਲੱਗਾ ਰਵੀ ਤੇ ਬਹੁਤ ਜ਼ਿਆਦਾ ਹੀ, ਨੰਬਰ 1 ਚਵਾ ਵਾ। ਠੀਕ ਆ, ਤੇ ਬਾਕੀ ਤੁਸੀਂ ਵੇਖ ਹੀ ਲਿਆ ਵੀ ਕੀ ਚੀਜ਼ ਆ। ਕਮਾਲ ਦੇ ਪੀਸ ਕੱਢ ਕੇ ਲਿਆਉਣਾ ਹੁੰਦਾ ਅੱਗੇ ਫਿਰ। ਕਮਾਲ ਦਾ ਵਾਹਿਗੁਰੂ ਨੇ ਦਿੱਤਾ ਜੀ, ਇਹ ਬੰਦਾ ਕੌਣ ਹੁੰਦਾ। ਠੀਕ ਆ, ਚਲੋ ਫਿਰ ਤੋਰੀਏ ਹੈ ਇੱਕ ਵਾਰੀ ਇਹਨੂੰ। ਇਹਨੂੰ ਤੋਰਨ ਤੋਂ ਪਹਿਲਾਂ ਇੱਕ ਵਾਰੀ ਦਿਖਾਈਏ ਵੀ ਹੋਰ ਕਿਹੜਾ ਕਿਹੜਾ ਮਾਲ ਜਿਹੜਾ ਆਪਣਾ ਅੱਜ ਆਈਆਂ ਵਾ ਜਿਹੜੀਆਂ। ਆ ਵੀ ਅੱਜ ਆਈ ਹੈ ਜੀ। ਅੱਛਾ, ਹਾਂ, ਇਹ ਬੋੜਾ ਹੀ ਆ, ਇਹਨਾਂ ਦੇ ਲਾ ਲਓ 13 ਕਿਲੋ ਬੋੜਾ ਬੋੜਾ ਹੋਊਗਾ ਅਜੇ ਤੇ, ਮਤਲਬ ਤਿਆਰ ਕਰ ਲਈ ਆਈ ਆ, ਮਤਲਬ 8 ਵਜੇ ਚ ਹੋਈਆਂ ਆਈਆਂ। ਇਹ ਕਿੰਨਾ ਕੁ ਦੁੱਧ ਚਵਾ ਸਕਦੀ ਆ? ਇਹ 20 ਕਿਲੋ। ਅੱਛਾ, 20 ਕਿਲੋ ਜਿਹੜਾ। ਹਾਂ, ਕਹਿੰਦੇ 20 ਕਿਲੋ ਦੁੱਧ ਚਵਾ ਦਿੰਦੇ। ਅੱਛਾ, ਸੌਦਾ ਕਰਦੇ ਹਨਾ। ਇਹ ਚਵਾ ਦੇ 21 ਕਿਲੋ ਦੁੱਧ ਚਵਾ ਲਾਂਗੇ। ਅੱਛਾ, ਇਹਦੇ ਕੋਲ 21 ਲੀਟਰ ਚਵਾ। ਹੋਰ ਵੀ 16 ਕਿਲੋ ਹੈਗਾ ਇੱਥੇ। ਠੀਕ ਆ, 15 ਕਿਲੋ ਸੂਈ ਦੇ। ਠੀਕ ਆ, ਹਾਂਜੀ, ਇਹ ਤੇ ਇੱਕ ਸਫਰ ਚ ਹੋਣ ਤਾਂ ਹੀ ਬੁਝੀਆਂ ਬੁਝੀਆਂ ਥੋੜੀਆਂ ਲੱਪੇ ਲੱਗੇ ਆ।
ਰੇਟ ਇਹਦਾ ਸਾਰਿਆਂ ਤੋਂ ਘੱਟ ਬੱਚੇ ਤੇ ਨੀ ਮਿਲੀ, ਬਾਕੀ ਸਾਰੀਆਂ ਬੱਚੇ ਤੇ ਮਿਲ ਪਈਆਂ। ਪਹਿਲਾਂ ਝੋਟੀ ਆ ਤੇ ਕਾਫੀ ਸੋਹਣੇ ਪਸ਼ੂ ਜਿਹੜੇ ਅੱਜ ਆਏ ਆ, ਇਹਨਾਂ ਦੇ ਵੀ 5-6 ਦਿਨਾਂ ਤੱਕ ਵੀਡੀਓ ਆਪਾਂ ਚੰਗੀ ਤਰ੍ਹਾਂ ਫਿਰ ਜਦੋਂ ਪੂਰੀਆਂ ਦੁੱਧ ਤੇ ਆ ਗਈਆਂ ਉਦੋਂ ਫਿਰ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ। ਤੇ ਹੁਣ ਇੱਕ ਮੱਝ ਦੇ ਕੁਛ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ। ਇਹਦੇ ਮਗਰ ਬੱਚਾ ਕੀ ਆ? ਇਹਦੇ ਮਗਰ ਕੱਟਾ ਆ। ਅਜੇ ਟਾਈਮ ਹੀ ਦੁਪਹਿਰ ਦਾ, ਅੱਜ ਕੋਈ ਪੂਰਾ ਵੀਰਜੀ ਹੋਣਾ ਦਾ ਇਰਾਦਾ ਨਹੀਂ ਵੀਡੀਓ ਬਣਾਉਣ ਦਾ, ਲੱਗ ਗਏ ਆਏ ਹਾਂ ਤੇ ਗੱਲ ਹੋਈ ਤੇ ਫਿਰ ਵੀਰਜੀ ਨੇ ਕਹਿੰਦੇ ਕਿ ਚਲੋ ਆ ਜਾਓ ਜਿਹੜੀਆਂ ਇੱਕ ਦੋ ਹੈਗੀਆਂ ਤੇ ਪਾ ਦਿੰਦੇ ਹਾਂ। ਬਾਕੀ ਪੂਰੀ ਸੋਹਣੀ ਮੋਹਰਾ ਝੋਟੀ ਆ ਜਿਹੜੀ ਪਿਓਰ, ਬਿਲਕੁਲ ਗਾਵਾਂ ਵਾਂਗੂ ਸਿੱਧੀ ਆ ਤੇ ਥੱਲਿਆਂ ਵੀ ਜਿਹੜੀ ਪੂਰੀ ਕਮਾਲ ਦੀ ਤਿਆਰ ਹੋਈ ਆ ਤੇ ਐਚ ਐਫ ਗਾਵਾਂ ਵਰਗਾ ਹੀ ਇਹਦਾ ਹਵਾਨਾ ਵਾ। 21 ਲੀਟਰ ਦੁੱਧ ਜਿਹੜਾ ਮੌਕੇ ਤੇ ਇਹਦੇ ਕੋਲ ਤਿਆਰ ਦੱਸਦੇ ਆ। ਜਿਹੜਾ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ ਸਾਡੇ ਸਾਡੇ ਤੇ ਹਵਾਨੇ ਤੇ ਵੀ ਦੋਵਾਂ ਪਾਸੇ ਨਾੜਾਂ ਜਿਹੜੀਆਂ ਪੂਰੀਆਂ ਚੰਗੀਆਂ ਵਾ, ਬਿਲਕੁਲ ਉੱਪਰ ਤੱਕਰ ਹਵਾਨਾ ਜਿਹੜਾ ਇਹਦਾ ਜਾਣ ਦਿਆ ਵਾ ਤੇ ਆਹ ਥਣਾਂ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਤੇ ਹਵਾਨੇ ਤੇ ਨਾੜਾਂ ਵੀ ਜਿਹੜੀਆਂ ਦੇਖ ਸਕਦੇ। ਤੇ ਬੱਚਾ ਕਿਹੜਾ ਜੀ ਇਹਦਾ? ਬਾਕੀ ਇਹਨਾਂ 'ਚ ਹੀ ਬੱਚੇ ਨਾੜੂ ਵੀ ਹੈਗਾ ਜੀ। ਅੱਛਾ, ਨਾੜੂ ਨਾਲ ਹੀ ਹੈ ਜਿਹੜਾ ਇਹਦਾ ਜੀ। ਹੈਲੋ, ਤੇ ਇਹਦਾ ਫਿਰ ਮੁੱਲ ਆ? ਤਿਆਰ ਕਰਕੇ ਖੜਨੀ ਆ ਤੇ ਦੁੱਧ 24-25 ਲੀਟਰ ਤਿਆਰ ਵੀ ਕਰਦੇ ਹੋਰ ਗਾਵਾਂ ਕਿਹੜੀਆਂ ਜੇ? ਚਲੋ ਪਹਿਲਾਂ ਫਿਰ ਗੱਭਣੀ ਦਿਖਾ ਦੀਏ ਫਿਰ ਸੂਈ ਵਿਖਾਉਣੀ। ਤੇ ਇਹ ਜਿਹੜੀ ਗੱਭਣ ਆ ਇਹ ਕਿੰਨਾ ਕੁ ਦੁੱਧ ਚਵਾ ਜੂਗੀ? ਮਤਲਬ ਜਿੱਥੋਂ ਲਈ ਆ ਉਹ 22 ਉਹਨਾਂ ਚ ਹੋਇਆ। ਅੱਛਾ, ਨਾਰਮਲ ਸੇਵਾ ਦੇ 22 ਪਹਿਲਣ ਦਾ। ਅੱਛਾ, ਤੇ ਵੈਸੇ ਮੇਰੇ ਸਾਹ 30 ਚਵਾ ਦੂਗੀ। ਅੱਛਾ, ਸੋਹਣੀ ਮਤਲਬ ਚਵਾ ਤਣ ਤੁਣ ਚੰਗਾ ਲੱਗਦਾ, ਤੁਹਾਡੀ ਸੇਵਾ ਦੇ 30 ਚਵਾ ਦੂਗੀ? ਨਹੀਂ, ਅੱਛਾ ਕਿਤੇ ਵੀ ਚਵਾ ਦੂ, ਚੰਗਾ ਚਵਾ ਜੂ, ਤਣ ਤੁਣ ਵੇਖ ਲਈਦਾ ਨਾ। ਅੱਛਾ, ਹਾਂ ਤਜਰਬਾ ਹੋ ਗਿਆ ਪੁੱਛੇ ਦਾ ਵੀ। ਇਹ 8 ਦਿਨ ਦੀ ਸੁੰਦੀ ਗਈ। ਅੱਛਾ, ਜੇ ਦਿਨ ਲੈ ਜਣੇ ਲੈ ਜਣੇ ਤੇ ਖੋਲੋ ਫਿਰ ਤੋੜ ਦਈਏ ਤੇ ਬਾਕੀ ਥਾਣੇ ਤੇ ਦੇਖ ਸਕਦੇ ਲੱਗ ਗਏ ਤੇ ਕਰੀ ਚੰਗੇ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਬਿਲਕੁਲ ਹੱਥ 'ਚ ਆਉਣ ਵਾਲਾ ਮੁੱਠੀ ਵਾਲਾ ਥਾਣ ਆ ਤੇ ਮਿਲ ਕੇ ਮੇਨ ਮੇਂ ਪੂਰੀ ਮੋਟੀ ਲੱਗੀ ਆ। ਹੈਗੀ ਜਰਸੀ ਕਰੋਸ ਆ। ਹਾਂਜੀ, ਤੋਰ ਦੇ ਕਰੀ ਸ਼ਰੀ। ਬਾਕੀ ਪਸ਼ੂ ਵੀ ਜੀ ਉਹਨਾਂ ਦੇ ਉੱਧਰ ਵੀ ਬੱਜੇ ਆ ਤੇ ਇੱਧਰ ਵੀ ਬੱਜੇ ਆ,
ਚੰਗੇ ਦੁੱਧ ਵਾਲੀਆਂ ਜਿਹੜੀਆਂ ਸਾਰੀਆਂ ਹੈਗੀਆਂ ਬੀਜੀਆਂ ਸਾਡੇ ਕੋਲ। ਅਜੇ ਇੱਕ ਹਫ਼ਤਾ ਜਿਹੜਾ ਕਹਿੰਦੇ ਕਿੰਨੇ ਖੜਨਾ, ਬਾਕੀ ਕੋਈ ਆਪਣੀ ਆਣ ਕੇ ਵੇਚ ਚਾਕ ਕੇ ਖੜੇ। ਦੁੱਧ ਜਿਹੜਾ ਕਹਿੰਦੇ ਕਿ 30 ਦੇ ਲਾਗੇ ਚਵਾਊਗੀ, ਬਾਕੀ ਉਸ ਤਰ੍ਹਾਂ ਵੀ ਵੀਰਜੀ ਨਾਲ ਸਾਰੇ ਜਿਹੜੇ ਨਾਮੀ ਪਸ਼ੂ ਆ, ਕਾਫ਼ੀ ਮੇਲਿਆਂ 'ਚ ਵੀ ਪਸ਼ੂ ਵੀਰਜੀ ਹੋਣੀ ਪਹਿਲਾਂ ਖੜਦੇ ਰਹੇ ਆ, ਅਤੇ ਕਾਫ਼ੀ ਸਰਟੀਫਿਕੇਟ ਵੀ ਜਿਹੜੇ ਜਿੱਤੇ ਆ, ਆਪਾਂ ਕਦੀ ਵੀਡੀਓ 'ਚ ਵੀ ਆਪਾਂ ਪ੍ਰੋਪਰ ਦਿਖਾਏ ਸੀ ਸਾਰੇ। ਅਤੇ ਇਹਦਾ ਫਿਰ ਮੁੱਲ, ਇਹਦਾ ਮੁੱਲ ਜੀ ਯਾਰ ਵੀ ਡੇਰ ਲੈਣੀ ਮਤਲਬ ਛੋਟ ਹੀ ਹੋਊਗੀ, 75,000। 75,000 ਹਾਂਜੀ, ਅਤੇ ਵਿੱਚੋਂ ਛੋਟ ਛਾਟ ਚਲੋ ਮੌਕੇ ਦੇ ਕਰ ਦੋਗੇ, ਉਹ ਤਾਂ ਕਰਨੀ ਪੈਣੀ ਥੋੜੀ ਬਹੁਤ ਜੀ। ਠੀਕ ਆ ਹਾਂਜੀ। ਤੇ ਹੁਣ ਜਿਹੜੀ ਗਾਂ ਆਪਾਂ ਦਿਖਾਉਣੀ ਆ, ਹਾਂਜੀ ਇਹਦਾ ਬੱਚਾ ਆ ਜੇ, ਹਾਂ ਇਹਦਾ ਬੱਚਾ ਮਗਰ ਵੱਛੀ ਜੇ, ਹਾਂਜੀ ਨਾੜੂ ਉੜ ਆ ਦੇ ਸਾਦੇ ਨਾੜੂ ਜਿਹੜਾ ਹਜੇ ਨਾਲ ਹੀ ਆ, ਤਾਜ਼ਾ ਹੀ ਆ ਨਾੜੂ ਜਿਹੜਾ ਨਾਲ। ਤੇ ਮਗਰ ਵੱਛੀ ਵੀ ਚੰਗੇ ਟੀਕੇ ਦੀ ਆ, ਹਾਈਟ ਲੈਂਥ ਵੱਛੀ ਦੀ ਹੁਣ ਤੋਂ ਹੀ ਚੰਗੀ ਆ। ਤੇ ਆਹ ਜਿਹੜੀ ਗਾਂ ਆ, ਅਜੇ ਝੱਬੂ ਵੀ ਨਹੀਂ ਇਹਨੂੰ ਪਿਆ ਪਿੱਛੋਂ, ਜਿਸ ਤਰ੍ਹਾਂ ਆ ਝੱਬੂ ਵੀ ਲੱਗੇ ਹੀ ਆ ਪਾਉਣ ਹੁਣੇ। ਅਤੇ ਚੰਗਾ ਵੱਡਾ ਕੱਦ ਕਾਠ ਇਹਦਾ ਵੀ, ਹਾਂਜੀ। ਅਤੇ ਸੂਆ ਕਿੰਨਵਾ ਇਹਦਾ? ਸੂਆ ਪਹਿਲਾਂ 6 ਦੰਦ ਹੈ ਜੀ। ਅੱਛਾ, ਪਹਿਲਾਂ ਸੂਆ ਤੇ ਮੂੰਹ 6 ਦੰਦ, ਚੰਗੀ ਜਵਾਨ ਲਈ ਆ ਮਤਲਬ। ਅੱਛਾ ਹਾਂਜੀ, ਤੇ ਪੂਰੇ ਕੱਦ ਕਾਠ 'ਚ ਪੂਰੀ ਜਵਾਨ ਹੈ, ਕਿੰਨੀ ਕੱਦ ਕਿੰਨਾ। ਹਾਂਜੀ ਹਾਂਜੀ ਹਾਂਜੀ। ਅਤੇ ਕਿੰਨਾ ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਹੋ ਹੀ ਗਏ ਜੀ ਮਤਲਬ 8 ਕੁ ਦਿਨ। 8 ਕੁ ਦਿਨ ਹੋ ਗਏ ਆ। ਅਤੇ ਦੁੱਧ ਪੱਕਾ ਕਿੰਨਾ ਤਿਆਰ ਕਰ ਗਈ? ਪੱਕਾ ਕੰਡੇ ਚਾੜੂਆ ਹੋਣਾ ਜੋ 26 ਲਾਓ, 26 ਜਿਹੜਾ ਬਿਲਕੁਲ 26 ਲਾਓ, 13 ਕਿਲੋ ਟਾਈਮ ਦਾ, ਬਾਅਦ ਜ਼ਿਆਦਾ ਕੱਢੂਗਾ ਨਹੀਂ। ਅੱਛਾ, 27 ਹੋ ਜੂ, 25 ਨਹੀਂ ਹੋਊਗਾ। ਅੱਛਾ ਹਾਂਜੀ, ਠੀਕ ਆ। ਕੋਈ ਦੋ ਟਾਈਮ ਚੋਲੇ? ਦੋ ਟਾਈਮ। ਤੇ ਕਿੰਨਾ 40 ਕਿਲੋ ਦਾ? ਕਿੰਨਾ 20 ਕਿਲੋ ਇਕੜੇ ਆਉਂਦਾ ਬਕਾਵਾ? ਅੱਛਾ, 20 ਕਿਲੋ ਦੀ ਬਾਲਟੀ ਆ ਧੁੰਨ ਦਿੰਦੀ, ਠੀਕ ਆ। ਦੋਵੇਂ ਮੈਨੂੰ ਬਹਿ ਕੇ ਚੋਲੋ। ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? ਇਸ ਹਿਸਾਬ ਨਾਲ ਦੇ ਨੇ 35 ਦੇ ਚੱਲੂ। ਅੱਛਾ, ਘੱਟੋ ਘੱਟ ਨਾਰਮਲ 35 ਕਿਲੋ ਦੇ ਚੱਲੂ। 35 ਲੀਟਰ ਦੇ ਪਹਿਲੇ ਸੂਏ ਪਹੁੰਚ ਜੂਗੀ, ਉਹ ਵੀ ਇਹਨਾਂ ਦਿਨਾਂ 'ਚ। ਹਾਂ, ਆਹ ਖਾਓ ਵੇਖੋ, ਬਾਕੀ ਵੇਖੋ ਇਹਦੀ ਕਿੰਨੀ ਹਾਈਟ, ਜਿਹੜੇ ਪੂਰੀ ਜਵਾਨ ਆ ਇਹਦੇ। ਬਾਕੀ ਇਹ ਹੈ ਕਿ ਜੇ ਕਿਸੇ ਵੀ ਇਹਨੇ ਚਵਾ ਕੇ ਵੀ ਖੜਨਾ ਵਾ, ਉਹ ਚਵਾ ਕੇ ਵੀ ਖੜ ਸਕਦਾ ਵਾ। ਜਿਹੜਾ ਹੁਣ ਕਹਿੰਦੇ ਕਿ 26 ਕਿਲੋ ਤਾਂ ਬਿਲਕੁਲ ਜਿਹੜਾ ਚਵਾ ਕੇ ਦੇਵਾਂਗੇ, ਕੰਡਾ ਵੀਰ ਜੀ ਉਹਨਾਂ ਦੇ ਕੋਲ ਆ, ਭਾਵੇਂ ਕੋਈ ਆਪਣਾ ਵੀ ਲੈ ਆਵੇ, ਆਪਣੀ ਤਸੱਲੀ ਕਰਕੇ ਲੈ ਜੇ। ਹਾਂ ਦੇਖ ਸਕਦੇ ਜੀ, ਸੋਹਣੀ ਵੈੜ ਆ ਜਿਹੜੀ, ਹੁਣੇ ਝੱਬੂ ਪਾਇਆ ਜਿਹੜਾ ਅਜੇ ਇਹਨੂੰ। ਇੱਕ ਮਿੰਟ ਰੋਕ ਦਿਓ, ਇੱਥੇ ਰੋਕ ਦਿਓ। ਹਾਂ, ਮਿਲਕ ਮੇਨ ਵੀ ਕਾਫ਼ੀ ਮੋਟੀ ਲੱਗੀ, ਅਤੇ ਥਣਾਂ ਦਾ ਸਾਈਜ਼ ਗੈਪ ਵੀ ਬਿਲਕੁਲ ਦੂਰ ਦੂਰ ਇੱਕੋ ਜਿਹੇ ਸਾਈਜ਼ ਦੇ, ਇੱਕੋ ਜਿਹੇ ਥਾਣੇ ਆ, ਅਤੇ ਪੈਪਾਂ ਹੀ ਲੱਗੀਆਂ ਜਿਹੜੀਆਂ। ਮਿਲਕ ਮੇਨ ਵੀ ਪੂਰੀ ਮੋਟੀ ਆ ਜਿਹੜੀ, ਬਾਕੀ ਬਿਲਕੁਲ ਕੰਪੈਕਟ ਹਵਾਨੇ ਦੀ ਮਾਲਕ ਹੈ ਜਿਹੜੀ। ਅਜੇ ਟਾਈਮ ਜਿਹੜਾ ਦੁਪਹਿਰ ਦਾ ਵਾ, ਸ਼ਾਮ ਤੱਕ ਹਵਾਨਾ ਜਿਹੜਾ ਬਿਲਕੁਲ ਪੂਰਾ ਇਹਨੇ ਤਿਆਰ ਕਰਨਾ। ਕਦੀ ਟਾਈਮ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਵੀ ਦੇਖ ਸਕਦੇ ਟਾਈਮ ਦਿਖਾ ਦਈਏ ਇੱਕ ਵਾਰੀ, ਟਾਈਮ ਕਿੰਨਾ ਹੋ ਗਿਆ ਜੀ ਫੋਨ ਤੋਂ? ਹਾਂ ਦੇਖ ਸਕਦੇ, ਪੂਰੇ 2:30 ਹੋਏ ਜਿਹੜੀ ਆਪਾਂ ਵੀਡੀਓ ਬਣਾਉਂਦੇ ਹਾਂ। ਬਾਕੀ ਆ ਜਿਹੜੀਆਂ ਘਰੇ ਵੀ ਗਾਵਾਂ ਰੱਖੀਆਂ ਵਾ, ਆਹ ਵੀ ਦੇਖ ਸਕਦੇ ਆਪਣੇ ਟਾਈਮ ਦੇ ਹਿਸਾਬ ਨਾਲ ਜਿਹੜੀਆਂ ਤਿਆਰ ਹੋਈ ਜਾਂਦੀਆਂ ਪੂਰੀਆਂ, ਆਹ ਜਿਹੜੀਆਂ ਘਰੇ ਚਵਾਈ ਵਾਸਤੇ ਜਿਹੜੀਆਂ ਰੱਖੀਆਂ। ਆਹ ਵੀ ਦੇਖ ਸਕਦੇ ਆ, ਦੁਪਹਿਰੇ ਜਿਹੜੀਆਂ ਬਿਲਕੁਲ ਪੂਰੀਆਂ ਬਣੀਆਂ ਵਾ ਜਿਹੜੀਆਂ,
ਇਹ ਘਰੇ ਵੀ ਜਿਹਨਾਂ ਦੇ ਦੁੱਧ ਦੁੱਧ ਦੇ ਲੱਗੀਆਂ ਵਾ ਜਿਹੜੀਆਂ, ਅਤੇ ਇੱਧਰ ਆ ਸੂਣ ਵਾਲੀਆਂ ਜਿਹੜੀਆਂ। ਅਤੇ ਆਪਾਂ ਫਿਰ ਇਹਦਾ ਮੁੱਲ ਦੱਸੀਏ ਗਾਂ ਦਾ, ਇਹਦਾ ਰੁਪਈਏ ਗਾਂ ਦਾ ਅਤੇ ਪੂਰਾ ਸਵਾ ਸਵਾ ਲੱਖ ਮੰਗੀ ਆ ਅਤੇ ਏਡੀ ਗਾਂ ਦਾ। ਹਾਂਜੀ, ਇੰਨਾ ਦੁੱਧ ਆ। ਹਾਂਜੀ, ਅਜੇ ਮਤਲਬ ਇਹਨੇ 35 ਲੀਟਰ ਤੱਕ ਇਹਨੇ ਪਹੁੰਚਣਾ ਵਾ। ਠੀਕ ਆ, ਕੋਈ ਗਰਮੀ ਨਹੀਂ ਮਨਾਉਂਦੀ, ਕੁਝ ਵੇਖ ਹੀ ਲਿਆ। ਹਾਂਜੀ, ਕੁਛ ਨਹੀਂ ਮਿਲਿਆ ਤੇ ਕੀ ਕਰਦੀ ਤੁਸੀਂ ਦੱਸ ਦੋ। ਤੁਸੀਂ ਕਰਨਾ ਵਾ ਜਾਇਜ਼ਾ? ਜਾਇਜ਼ਾ ਕਰੀ ਜਾਇਜ਼ਾ ਬਿਲਕੁਲ। ਚਲੋ ਇੱਕੋ ਕਰ ਦੇ ਮੁੱਲ ਕਿੰਨਾ? 90,000 ਜੀ। 90,000? ਹਾਂਜੀ, ਛੋਟ ਵਿੱਚੋਂ ਕਰ ਦੋਗੇ? ਹਾਂ ਛੋਟ ਕਰ ਦਾਂਗੇ। ਚਲੋ ਕੋਈ ਫੋਨ ਕਰੇ ਹਨਾ ਇੱਕ ਕਰੀ ਹਾਂ ਕਰ ਦਾਂਗੇ। ਤੇ ਦੁੱਧ 35 ਲੀਟਰ ਤੱਕ ਜਾ ਸਕਦੀ ਆ, ਤੇ ਜਿਹੜਾ 26-27 ਲੀਟਰ ਬਿਲਕੁਲ ਘਰੇ ਤਿਆਰ ਆ ਜਿਹੜਾ, ਹਨਾ ਤਿਆਰ ਆ ਜੀ ਬਿਲਕੁਲ, ਜਿਹੜਾ ਚਵਾ ਕੇ ਦੋਗੇ। ਤੇ ਆਹ ਮਗਰ ਵੱਛੀ ਆ ਤੇ ਨਾੜੂ ਜਿਹੜਾ ਨਾਲ ਹੀ ਆ ਬਿਲਕੁਲ। ਤੇ ਠੀਕ ਆ ਫਿਰ, ਹੋਰ ਕੁਛ ਕਹਿਣਾ ਫਿਰ? ਬਸ ਜੀ ਠੀਕ ਆ ਰਵੀ ਜੀ, ਬਾਕੀ ਕੋਈ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਕਰੇ ਨਾ। ਆਪਣੀ ਮੈਂ ਫੋਨ ਤੇ ਵੀ ਇਹੋ ਕਹਿਣਾ ਨਾ। ਅੱਛਾ, ਗੱਲਬਾਤ ਹੁੰਦੀ ਆ ਵੀ ਵਜੋ ਜਿੰਨਾ ਵਜਿਆ ਜਾਂਦਾ ਮਾੜੇ ਬਹੁਤ ਵਿੱਚ। ਠੀਕ ਹੈ, ਹਾਂ ਵੀ ਮਤਲਬ ਚੰਗੇ ਬੰਦੇ ਕੋਲ ਲਓ, ਜਿਹੜਾ ਦੋ ਡੰਗ ਚਵਾਉਂਦਾ ਡੰਗਰ ਉਹਨੂੰ ਕੋਲ ਲਓ। ਠੀਕ ਹੈ ਜੀ, ਜਿਹੜਾ ਨਹੀਂ ਚਵਾਉਂਦਾ ਉਹ ਕੋਲ ਨਾ ਲਓ, ਉਹ ਵੀ ਕੋਈ ਰਾਜ ਹੁੰਦਾ। ਅੱਛਾ, ਵੀ ਜਿਹਨੇ ਚਵਾਉਣੀ ਜਿਹਨੇ ਪੈਸੇ ਖਰਚੇ ਨੇ ਉਹ ਦੋ ਡੰਗ ਖਰਚੇ, ਜਿਹਨੇ 1.5 ਲੱਖ ਦੀ ਮੱਝ ਲੈਣੀ ਆ ਉਹ ਦੋ ਡੰਗ ਚੋਣ ਦਾ ਉਹਨੂੰ ਹਾਕ ਕੇ ਆ, ਭਾਵੇਂ 3 ਡੰਗ ਚੋਲੇ। ਹਾਂਜੀ ਹਾਂਜੀ, ਹਾਂ ਕਈ ਹੁੰਦੇ ਆ ਨਾ ਵੀ ਇੱਕ ਡੰਗ ਚੋਲੇ ਤੇ ਦੂਜੇ ਡਾਮ ਜਾਂਦਾ ਆਪਣੀ ਦੋ ਟਾਈਮ। ਜਰੂਰੀ ਕਰੋ ਜੀ, ਬਾਕੀ ਆਪਣੀ ਸਮਝਣਾ ਆਪਣੀ ਵੇਸ ਚਾਹ ਕੇ ਤਸੱਲੀ ਕਰਕੇ ਖੜੋ ਜੀ।